ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਿਹਾ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ। ਗਿੱਪੀ ਗਰੇਵਾਲ, ਰੂਪੀ ਗਿੱਲ, ਸਰਗੁਣ ਮਹਿਤਾ ਦੀ ਮੋਸਟ ਅਵੇਟਡ ਫਿਲਮ ਜੱਟ ਨੂੰ ਚੜੇਲ ਟੱਕਰੀ ਦਾ ਟ੍ਰੇਲਰ ਹੈ ਜਿਹੜਾ ਰਿਲੀਜ਼ ਹੋ ਚੁੱਕਾ। ਟ੍ਰੇਲਰ ਚਾਰੇ ਪਾਸੇ ਧੁੰਮਾ ਪਾ ਰਿਹਾ। ਦਾਸੀ ਕਿ ਟ੍ਰੇਲਰ ਸ਼ੁਰੂ ਹੁੰਦਾ ਇਸ ਗੱਲ ਦੇ ਨਾਲ ਜਿੱਥੇ ਗਿੱਪੀ ਗਰੇਵਾਲ ਕਹਿੰਦੇ ਨੇ ਕਿ ਸਿਆਣੇ ਕਹਿੰਦੇ ਨੇ ਕਿ ਬੰਦਾ ਮਰ ਕੇ ਭੂਤ ਬਣ ਜਾਂਦਾ ਪਰ ਜਨਾਨੀ ਚੜੇਲ ਦੀ ਚੜੇਲ ਹੀ ਰਹਿੰਦੀ ਆ, ਤਾਂ ਇਸ ਗੱਲ ਕਰਕੇ ਵੀ ਇੱਕ ਬੜੀ ਹਲਚਲ ਜੀ ਪੈਦਾ ਹੋਈ ਹੈ ਕਿਉਂਕਿ ਇਹ ਗੱਲ ਹੀ ਵੇਖਣ ਨੂੰ ਟ੍ਰੇਲਰ ਮਜਬੂਰ ਕਰ ਦਿੰਦੀ ਹੈ। ਉਸ ਤੋਂ ਬਾਅਦ ਟ੍ਰੇਲਰ ਸ਼ੁਰੂ ਹੁੰਦਾ ਜਿਸ ਦੇ ਵਿੱਚ ਗਿੱਪੀ ਗਰੇਵਾਲ ਜਿਹੜੇ ਆਪਦੇ ਵਿਆਹੇ ਦੋਸਤ ਨੇ ਉਹਨਾਂ ਨੂੰ ਇਹ ਦੱਸਦਾ ਕਿ ਵਿਆਹ ਕਰਾ ਕੇ ਤਾਂ ਤੁਸੀਂ ਕੁੱਤੇ ਬਣ ਚੁੱਕੇ ਹੋ ਕਿਉਂਕਿ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ, ਪਰ ਫਿਰ ਦੱਸਦੀ ਕਿ ਗਿੱਪੀ ਗਰੇਵਾਲ ਵੀ ਇਸ਼ਕ ਦੇ ਵਿੱਚ ਡੁੱਬ ਜਾਂਦੇ ਨੇ। ਉਹਨਾਂ ਨੂੰ ਵੀ ਪਿਆਰ ਹੁੰਦਾ ਅਤੇ ਪਿਆਰ ਤੋਂ ਬਾਅਦ ਵਿਆਹ ਹੁੰਦਾ ਅਤੇ ਵਿਆਹ ਵਾਲੀ ਰਾਤ ਯਾਨੀ ਕਿ ਸੁਹਾਗ ਰਾਤ ਨੂੰ ਪਤਾ ਲੱਗਦਾ ਕਿ ਜਿਹੜੀ ਸਰਗੁਣ ਮਹਿਤਾ ਉਹ ਔਰਤ ਨਹੀਂ ਬਲਕਿ ਚੜੇਲ ਹੈ। ਉਸ ਤੋਂ ਬਾਅਦ ਜਿਹੜੀ ਖਲਬਲੀ ਪੈਦਾ ਹੁੰਦੀ ਹੈ, ਜਿਹੜੀ ਹਲਚਲ ਪੈਦਾ ਹੁੰਦੀ ਹੈ, ਉਹ ਵੀ ਇੱਕ ਬੜੇ ਹਾਸੇ ਪੈਦਾ ਕਰਦੀ ਹੈ, ਕਮੇਡੀ ਪੈਦਾ ਕਰਦੀ ਹੈ। ਫਿਰ ਉਹ ਇਹਨਾਂ ਚੀਜ਼ਾਂ ਤੋਂ ਸਤਾਇਆ ਹੋਇਆ ਗਿੱਪੀ ਗਰੇਵਾਲ ਬੀ ਐਨ ਸ਼ਰਮਾ ਜੋ ਕਿ ਫਿਲਮ ਦੇ ਵਿੱਚ ਬਾਬੇ ਦਾ ਕਿਰਦਾਰ ਪਲੇ ਕਰ ਰਹੇ ਨੇ, ਉਹਨਾਂ ਕੋਲ ਜਾਂਦਾ ਅਤੇ ਉਹ ਸਲਾਹ ਦਿੰਦੇ ਨੇ ਕਿ ਤੂੰ ਹੁਣ ਦੂਜਾ ਵਿਆਹ ਕਰਾ ਲਾ ਜੇ ਇਸ ਚੜੇਲ ਤੋਂ ਖਹਿੜਾ ਛਡਾਉਣਾ, ਇਸ ਤੋਂ ਬਚਣਾ ਹੈ। ਫਿਰ ਗਿੱਪੀ ਗਰੇਵਾਲ ਦੇ ਬੈਂਡ ਵਾਜੇ ਵੱਜਦੇ ਨੇ ਵਿਆਹ ਦੇ, ਰੂਪੀ ਗਿੱਲ ਦੇ ਨਾਲ ਉਹਨਾਂ ਦਾ ਦੂਸਰੀ ਵਾਰੀ ਵਿਆਹ ਹੋ ਜਾਂਦਾ। ਕਹਿੰਦੇ ਨੇ ਔਰਤ ਇੱਕ ਨਹੀਂ ਮਾਣ ਹੁੰਦੀ, ਫਿਰ ਜਦੋਂ ਦੋ ਰਲ ਜਾਂਦੀਆਂ ਤਾਂ ਫਿਰ ਉਦੋਂ ਵੀ ਜ਼ਿਆਦਾ ਜਿਹੜੀ ਕਮੇਡੀ ਸ਼ੁਰੂ ਹੁੰਦੀ ਹੈ। ਜਿਹੜੀ ਸਰਗੁਣ ਮਹਿਤਾ ਇੱਕ ਜਿਹੜੀ ਚੜੇਲ ਦੇ ਰੂਪ ਦੇ ਵਿੱਚ ਹੈ, ਉਹ ਆਪਣਾ ਚੜੇਲਪੁਣਾ ਦਿਖਾਉਂਦੀ, ਕੀ ਰੰਗ ਦਿਖਾਉਂਦੀ ਹੈ, ਇਹ ਵੀ ਫਿਲਮ ਦੇ ਵਿੱਚ ਵੇਖਣਾ ਖਾਸ ਹੋਵੇਗਾ। ਉਧਰੋਂ ਰੂਪੀ ਗਿੱਲ ਅਤੇ ਜਿਹੜੀ ਚੜੇਲ ਬਣੀ ਹੈ ਸਰਗੁਣ ਮਹਿਤਾ, ਦੋਨਾਂ ਦੀ ਆਪਸ ਦੇ ਵਿੱਚ ਫਿਰ ਜੋ ਫਾਈਟ ਹੁੰਦੀ ਹੈ ਉਹ ਵੀ ਬੜੇ ਹਾਸੇ ਬਖੇਰਦੀ ਹੈ। ਨਿਰਮਲ ਰਿਸ਼ੀ ਜੋ ਕਿ ਗਿੱਪੀ ਦੀ ਮਾਤਾ ਦਾ ਰੋਲ ਪਲੇ ਕਰ ਰਹੇ ਨੇ, ਫਿਰ ਉਹ ਵੀ ਕਹਿੰਦੀ ਹੈ ਕਿ ਜੇ ਮੇਰੇ ਹੱਥ ਲੱਗ ਜਾਵੇ ਤਾਂ ਮੈਂ ਗੁੱਤਨੀ ਪੱਟ ਦਿਉਂ ਚੜੇਲ ਦੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜਿਹੜੀ ਕਮੇਡੀ ਹੈ ਫਲੋ ਦੇ ਵਿੱਚ ਚੱਲਦੀ ਰਹਿੰਦੀ ਹੈ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਰੇਵਾਲ ਜੋ ਕਰੈਕਟਰ ਪਲੇ ਕਰ ਰਹੇ ਨੇ ਉਹ ਬਾਕਮਾਲ ਨੇ। ਫੈਨਸ ਵੱਲੋਂ ਵੀ 3 ਮਿਲੀਅਨ ਆ ਜਿਹੜਾ ਟ੍ਰੇਲਰ ਨੂੰ ਹੋ ਚੁੱਕੇ ਨੇ, 3 ਮਿਲੀਅਨ ਫੈਨਸ ਵੱਲੋਂ ਜਿਹੜੀ ਦੇਖੀ ਜਾ ਚੁੱਕੀ ਹੈ। ਟ੍ਰੇਲਰ ਆ ਜਿਹੜਾ ਦਿਨ ਬ ਦਿਨ ਵੱਧ ਰਿਹਾ ਹੈ। 15 ਮਾਰਚ ਨੂੰ ਫਿਲਮ ਰਿਲੀਜ਼ ਹੋਣੀ ਹੈ। ਦੱਸੀ ਕਿ ਫਿਲਮ ਦਾ ਹਰ ਇੱਕ ਸੀਨ ਆ ਜਿਹੜਾ ਆਪਣੇ ਨਾਲ ਦਰਸ਼ਕ ਨੂੰ ਜੋੜ ਕੇ ਰੱਖਦਾ ਹੈ। ਫਿਲਮ ਦੇ ਟ੍ਰੇਲਰ ਦਾ ਜਿਹੜਾ ਵੀ ਸੀਨ ਹੈ ਉਹ ਹਰ ਇੱਕ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਹੈ। ਫਿਲਮ ਦੀ ਜਿੰਨੀ ਕੁ ਗੱਲਬਾਤ ਕਰੀ ਜਾਵੇ ਤਾਂ ਜਿੰਨਾ ਕੁ ਟ੍ਰੇਲਰ ਹੈ, 3 ਮਿੰਟ 30 ਸਕਿੰਟ ਦਾ, ਇਸ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਵੱਖਰਾ ਹੈ, ਬਹੁਤ ਕੁਛ ਨਵਾਂ ਹੈ, ਕਿਉਂਕਿ ਹੌਰਰ ਕਮੇਡੀ ਦਾ ਜੋ ਤੜਕਾ ਗਿੱਪੀ ਗਰੇਵਾਲ ਨੇ ਲਗਾਇਆ ਹੈ ਉਹ ਵੀ ਬਾਕਮਾਲ ਹੈ। ਦ੍ਰਿਮਿਆਤਾ ਅਤੇ ਦੇਸੀ ਮੈਲੋਡੀਜ਼ ਵੱਲੋਂ ਪ੍ਰਜੈਂਟ ਕੀਤੀ ਗਈ ਹੈ ਫਿਲਮ। ਫਿਲਮਾਂ ਦਾ ਜਿਹੜਾ ਟ੍ਰੇਲਰ ਹੈ ਸਪੀਡ ਰੈਕਰਡਸ ਦੇ ਚੈਨਲ 'ਤੇ ਰਿਲੀਜ਼ ਹੋਇਆ। ਫਿਲਮ ਨੂੰ ਸਰਗੁਣ ਮਹਿਤਾ, ਰਵੀ ਦੁਬੇ, ਅਰਵਿੰਦਰ ਖਹਿਰਾ ਅਤੇ ਜਾਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ। ਫਿਲਮ ਦੇ ਜਿਹੜੇ ਲਿਖਾਰੀ ਦੀ ਗੱਲ ਕਰੀਏ, ਫਿਲਮ ਜਿਨ੍ਹਾਂ ਨੇ ਲਿਖੀ ਹੈ ਉਹ ਅੰਬਰਦੀਪ ਸਿੰਘ ਨੇ, ਜਿਨ੍ਹਾਂ ਦਾ ਪੰਜਾਬੀ ਸਿਨੇਮੇ ਦੇ ਵਿੱਚ ਵੱਡਾ ਨਾਂ ਹੈ ਅਤੇ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਅੰਬਰ ਵਸ਼ਿਸ਼ਟ ਨੇ। ਫਿਲਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਹਾਸੇ ਵਾਲੀਆਂ ਗੱਲਾਂ ਨੇ। ਫਿਲਮ ਦੇ ਵਿੱਚ ਜੇ ਗੱਲ ਕਰੀਏ ਹੋਰ ਸਟਾਰ ਕਾਸਟ ਦੀ ਤਾਂ ਵਿੱਚ ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਦੀਦਾਰ ਗਿੱਲ, ਅੰਮ੍ਰਿਤ ਐਮਬੀ, ਹੋਰ ਵੀ ਜਿਹੜੇ ਬਾਕਮਾਲ ਸਿਤਾਰੇ ਨੇ ਉਹ ਫਿਲਮ ਦੇ ਵਿੱਚ ਮੌਜੂਦ ਨੇ ਅਤੇ 15 ਮਾਰਚ ਨੂੰ ਜਿਹੜੀ ਫਿਲਮ ਰਿਲੀਜ਼ ਹੋਣੀ ਹੈ। ਦੱਸ ਕਿ ਫਿਲਮ ਦਾ ਜਿਹੜਾ ਇਕੱਲਾ ਟ੍ਰੇਲਰ ਦਾ ਜਿਹੜਾ ਇਕੱਲਾ ਸੀਨ ਹੈ ਹਰ ਇੱਕ ਨੂੰ ਜੋੜ ਕੇ ਰੱਖਦਾ ਹੈ, ਖੂਬ ਹਾਸੇ ਪਾਉਂਦਾ ਹੈ, ਕਿਉਂਕਿ ਜਦੋਂ ਰੂਪੀ ਗਿੱਲ ਨੂੰ ਜਿਹੜੀ ਸਰਗੁਣ ਮਹਿਤਾ ਉਹ ਫਿਰ ਆਪਣੇ ਜਾਦੂ ਦੇ ਨਾਲ ਕਦੇ ਮੱਖੀ ਬਣਾ ਦਿੰਦੀ ਹੈ, ਕਦੇ ਬੱਕਰੀ ਬਣਾ ਦਿੰਦੀ ਹੈ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਹਾਸਾ ਕ੍ਰੀਏਟ ਹੁੰਦਾ, ਆਖਰ ਦੇ ਵਿੱਚ ਕੀ ਹੋਵੇਗਾ, ਕੀ ਸਰਗੁਣ ਮਹਿਤਾ ਸੱਚਮੁੱਚ ਹੀ ਭੂਤ ਬਣੀ ਹੁੰਦੀ ਹੈ ਜਾਂ ਫਿਰ ਉਹ ਕੋਈ ਉਹਦਾ ਐਕਟ ਹੁੰਦਾ, ਅਤੇ ਰੂਪੀ ਗਿੱਲ ਕਿੱਥੇ ਚਲੀ ਜਾਂਦੀ ਹੈ ਫਿਲਮ ਤੋਂ ਬਾਅਦ ਜਦੋਂ ਸਰਗੁਣ ਮਹਿਤਾ ਉਸੇ ਜਾਦੂ ਕਰ ਦਿੰਦੀ ਹੈ। ਤਾਂ ਇਹ ਸਾਰੇ ਸੀਨ ਨੇ ਜਿਹੜੇ ਬੜੇ ਬਾਕਮਾਲ ਨੇ। ਫਿਲਮ ਦਾ ਜਿਹੜਾ ਟ੍ਰੇਲਰ ਹੈ ਰਿਲੀਜ਼ ਹੋ ਚੁੱਕਾ ਹੈ ਸਪੀਡ ਰੈਕਰਡ ਦੇ ਯੂਟਿਊਬ ਚੈਨਲ 'ਤੇ, ਜਿਹਨੇ ਨਹੀਂ ਦੇਖਿਆ ਉਹ ਜਾ ਕੇ ਦੇਖੋ ਅਤੇ 15 ਮਾਰਚ ਨੂੰ ਹੋ ਜਾਓ ਫਿਰ ਤਿਆਰ, ਕਿਉਂਕਿ ਗਿੱਪੀ ਗਰੇਵਾਲ ਆ ਕੇ ਆ ਰਹੇ ਨੇ ਬਾਕਮਾਲ ਫਿਲਮ ਜੱਟ ਨੂੰ ਚੜੇਲ ਟੱਕਰੀ। ਸੋ ਸਾਰੇ ਖਿੱਚ ਲਵੋ ਤਿਆਰੀ 15 ਮਾਰਚ ਦੀ। ਜੇ ਤੁਸੀਂ ਟ੍ਰੇਲਰ ਨਹੀਂ ਦੇਖਿਆ ਤਾਂ ਇੱਕ ਵਾਰੀ ਯੂਟਿਊਬ ਦੇ ਸਪੀਡ ਰੈਕਰਡਸ ਦੇ ਚੈਨਲ 'ਤੇ ਜਾ ਕੇ ਤੁਸੀਂ ਟ੍ਰੇਲਰ ਦੇਖ ਸਕਦੇ ਹੋ। ਸਾਨੂੰ ਤਾਂ ਬਹੁਤ ਵਧੀਆ ਲੱਗਿਆ ਟ੍ਰੇਲਰ, ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਇਸ ਖਬਰ ਦੇ ਨੀਚੇ ਵੀ ਦੱਸਣਾ ਅਤੇ ਬਾਕੀ ਫੈਨਸ ਨੂੰ ਵੀ ਦੱਸਣਾ ਕਿ ਟ੍ਰੇਲਰ ਕਿੱਦਾਂ ਦਾ ਲੱਗਿਆ। ਹੋਰ ਖਬਰਾਂ 'ਚ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਸਤਿ ਸ਼੍ਰੀ ਅਕਾਲ।